ਬੁਲਟ ਤੇ ਸਟੰਟ ਕਰਨਾ ਇਸ ਨੌਜਵਾਨ ਨੂੰ ਪਿਆ ਮਹਿੰਗਾ। ਵੀਡੀਓ ਵੇਖ ਕੇ ਪੁਲਿਸ ਤੁਰੰਤ ਪਹੁੰਚ ਗਈ ਘਰ। ਪਹਿਲਾਂ ਸਮਝਾਇਆ ਪਿਆਰ ਨਾਲ, ਫਿਰ ਕੱਟਿਆ ਚਲਾਨ। ਨੌਜਵਾਨ ਨਹੀਂ ਮੰਨਦਾ ਸੀ ਮਾਪਿਆਂ ਦਾ ਕਹਿਣਾ, ਪਰਿਵਾਰ ਦੇ ਮਨਾ ਕਰਨ ਤੋਂ ਬਾਅਦ ਵੀ ਕਰਦਾ ਸੀ ਸਟੰਟ। ਹੁਣ ਪੁਲਿਸ ਨੇ ਕੱਟਤਾ ਬੁਲਟ ਦਾ ਵੱਡਾ ਚਲਾਨ। ਇਸੇ ਮੁੜ ਦਾ ਸਟੰਟ ਮਾਰੇ ਸੀ ਨਾ ਪੁੱਤ, ਕੀ ਮਿਲਦਾ ਸਟੰਟ ਮਾਰ ਕੇ ਆਪਣੀ ਜਾਨ ਖਤਰੇ 'ਚ ਪਾ ਰਹੇ ਹੋ। ਪੇਰੈਂਟਸ ਨੇ ਭੇਜਿਆ ਤੁਹਾਨੂੰ ਬੜੇ ਵਿਸ਼ਵਾਸ ਨਾਲ, ਬੜੇ ਮਾਣ ਦੇ ਨਾਲ, ਅਤੇ ਪੇਰੈਂਟਸ ਨੂੰ ਪਤਾ ਹੀ ਨਹੀਂ ਅਸੀਂ ਕਰਨ ਕੇ ਡਏ ਹਾਂ। ਅੱਗੇ ਤੋਂ ਸਟੰਟ ਮਾਰੋਗੇ? ਦੇਖ ਲਾ, ਤੇਰੇ ਪੇਰੈਂਟਸ ਕਹਿ ਰਹੇ ਆ ਵੀ ਇਹ ਬੱਚਾ ਸਾਡਾ ਕਹਿਣਾ ਨਹੀਂ ਮੰਨਦਾ। ਹੁਣ ਪੁੱਤ ਤੇਰਾ ਕਹਿਣਾ ਮਨਾਉਣ ਵਾਸਤੇ, ਤੇਰੇ ਪੇਰੈਂਟਸ ਦਾ ਕਹਿਣਾ ਮਨਾਉਣ ਵਾਸਤੇ ਘਰ ਆਏ ਹਾਂ। ਤੇਰੇ ਪੇਰੈਂਟਸ ਐਡੇ ਸ਼ਰੀਫ ਹੈ, ਸਾਨੂੰ ਐਡੇ ਪਿਆਰ ਨਾਲ ਬੜੀ ਜੀ ਆਇਆ ਸਾਡਾ, ਬੜੀ ਆਓ ਭਗਤ ਕੀਤੀ ਹੈ, ਐਡੇ ਵਧੀਆ ਪੇਰੈਂਟਸ ਹੈ ਤੇਰੇ, ਅਤੇ ਪੁੱਤ ਤੁਸੀਂ ਕਿਹੜੇ ਕੰਮ 'ਚ ਪਏ ਜੀ? ਅੱਗੇ ਤੋਂ ਮਾਰੋਗੇ ਸਟੰਟ? ਜਿਹੜੇ ਤੁਹਾਡੇ ਨਾਲ ਦੇ ਮਹੱਲੇ, ਇਸ ਮਹੱਲੇ 'ਚ ਹੋਰ 5-7 ਮੋਟਰਸਾਈਕਲ ਹੈਗੇ ਆ, ਉਹ ਵੀ ਤੇਰੇ ਨਾਲ ਸਟੰਟ ਮਾਰਦੇ ਆ, ਉਹਨਾਂ ਨੂੰ ਸਮਝਾ ਲਓ, ਉਹ ਵੀ ਸਾਰੇ ਕਾਬੂ ਕਰ ਲੈਣੇ ਅਸੀਂ, ਠੀਕ ਹੈ? ਜਿਹੜਾ ਗਿਫਟ ਹੈ ਉਹ ਤੇਰਾ ਤਿਆਰ ਆ, ਉਹ ਤੈਨੂੰ ਦਿੰਦੇ ਹੁਣ, ਓਕੇ? ਅੱਗੇ ਤੂੰ ਕਰੋਗੇ ਇੱਦਾਂ? ਨਹੀਂ ਕਰੋਗੇ ਨਾ? ਹਾਂ, ਲਿਆਓ RC, ਲਿਆਓ। ਬੁਲਟ ਤੇ ਸਟੰਟ ਕਰਨਾ ਇਸ ਨੌਜਵਾਨ ਨੂੰ ਪਿਆ ਮਹਿੰਗਾ। ਵੀਡੀਓ ਵੇਖ ਕੇ ਪੁਲਿਸ ਤੁਰੰਤ ਪਹੁੰਚ ਗਈ ਘਰ। ਪਹਿਲਾਂ ਸਮਝਾਇਆ ਪਿਆਰ ਨਾਲ, ਫਿਰ ਕੱਟਿਆ ਚਲਾਨ। ਨੌਜਵਾਨ ਨਹੀਂ ਮੰਨਦਾ ਸੀ ਮਾਪਿਆਂ ਦਾ ਕਹਿਣਾ, ਪਰਿਵਾਰ ਦੇ ਮਨਾ ਕਰਨ ਤੋਂ ਬਾਅਦ ਵੀ ਕਰਦਾ ਸੀ ਸਟੰਟ। ਹੁਣ ਪੁਲਿਸ ਨੇ ਕੱਟਤਾ ਬੁਲਟ ਦਾ ਵੱਡਾ ਚਲਾਨ। ਇਸੇ ਮੁੜ ਦਾ ਸਟੰਟ ਮਾਰੇ ਸੀ ਨਾ ਪੁੱਤ, ਕੀ ਮਿਲਦਾ ਸਟੰਟ ਮਾਰ ਕੇ ਆਪਣੀ ਜਾਨ ਖਤਰੇ 'ਚ ਪਾ ਰਹੇ ਹੋ? ਪੇਰੈਂਟਸ ਨੇ ਭੇਜਿਆ ਤੁਹਾਨੂੰ ਬੜੇ ਵਿਸ਼ਵਾਸ ਨਾਲ, ਬੜੇ ਮਾਣ ਦੇ ਨਾਲ, ਅਤੇ ਪੇਰੈਂਟਸ ਨੂੰ ਪਤਾ ਹੀ ਨਹੀਂ ਅਸੀਂ ਕਰਨ ਕੇ ਡਏ ਹਾਂ। ਅੱਗੇ ਤੋਂ ਸਟੰਟ ਮਾਰੋਗੇ? ਦੇਖ ਲਾ, ਤੇਰੇ ਪੇਰੈਂਟਸ ਕਹਿ ਰਹੇ ਆ ਵੀ ਇਹ ਬੱਚਾ ਸਾਡਾ ਕਹਿਣਾ ਨਹੀਂ ਮੰਨਦਾ। ਹੁਣ ਪੁੱਤ ਤੇਰਾ ਕਹਿਣਾ ਮਨਾਉਣ ਵਾਸਤੇ, ਤੇਰੇ ਪੇਰੈਂਟਸ ਦਾ ਕਹਿਣਾ ਮਨਾਉਣ ਵਾਸਤੇ ਘਰ ਆਏ ਹਾਂ। ਤੇਰੇ ਪੇਰੈਂਟਸ ਐਡੇ ਸ਼ਰੀਫ ਹੈ, ਸਾਨੂੰ ਐਡੇ ਪਿਆਰ ਨਾਲ ਬੜੀ ਜੀ ਆਇਆ ਸਾਡਾ, ਬੜੀ ਆਓ ਭਗਤ ਕੀਤੀ ਹੈ, ਐਡੇ ਵਧੀਆ ਪੇਰੈਂਟਸ ਹੈ ਤੇਰੇ, ਅਤੇ ਪੁੱਤ ਤੁਸੀਂ ਕਿਹੜੇ ਕੰਮ 'ਚ ਪਏ ਜੀ? ਅੱਗੇ ਤੋਂ ਮਾਰੋਗੇ ਸਟੰਟ? ਜਿਹੜੇ ਤੁਹਾਡੇ ਨਾਲ ਦੇ ਮਹੱਲੇ, ਇਸ ਮਹੱਲੇ 'ਚ ਹੋਰ 5-7 ਮੋਟਰਸਾਈਕਲ ਹੈਗੇ ਆ, ਉਹ ਵੀ ਤੇਰੇ ਨਾਲ ਸਟੰਟ ਮਾਰਦੇ ਆ, ਉਹਨਾਂ ਨੂੰ ਸਮਝਾ ਲਓ, ਉਹ ਵੀ ਸਾਰੇ ਕਾਬੂ ਕਰ ਲੈਣੇ ਅਸੀਂ, ਠੀਕ ਹੈ? ਜਿਹੜਾ ਗਿਫਟ ਹੈ ਉਹ ਤੇਰਾ ਤਿਆਰ ਆ, ਉਹ ਤੈਨੂੰ ਦਿੰਦੇ ਹੁਣ, ਓਕੇ? ਅੱਗੇ ਤੂੰ ਕਰੋਗੇ ਇੱਦਾਂ? ਨਹੀਂ ਕਰੋਗੇ ਨਾ? ਹਾਂ, ਲਿਆਓ RC, ਲਿਆਓ ਜੀ।